ਫਰੀਦਕੋਟ ਦੇ ਪਿੰਡ ਢਿਲਵਾਂ ਖੁਰਦ ਦੇ 31 ਸਾਲ ਦੇ ਨੌਜਵਾਨ ਨੂੰ ਨਸ਼ਿਆਂ ਖਿਲਾਫ ਆਵਾਜ਼ ਉਠਾਉਣੀ ਮਹਿੰਗੀ ਪਈ ਹੈ ਤੇ ਉਸ ਨੂੰ ਆਪਣੀ ਜਾਨ ਦੇ ਕੇ ਹੀ ਇਸ ਦੀ ਕੀਮਤ ਚੁਕਾਉਣੀ ਪਈ ਹੈ। ਜਾਣਕਾਰੀ ਮੁਤਾਬਕ ਪਿੰਡ ਢਿਲਵਾਂ ਖੁਰਦ ਦੇ ਵਸਨੀਕ ਨੌਜਵਾਨਾਂ ਵੱਲੋਂ ਪਿੰਡ-ਪਿੰਡ 'ਚ ਵਿਕਦੇ ਆਮ ਨਸ਼ੇ ਨੂੰ ਰੋਕਣ ਲਈ ਇੱਕ ਨਸ਼ਾ ਵਿਰੋਧੀ ਕਮੇਟੀ ਬਣਾਈ ਗਈ ਸੀ, ਜਿਸ ਵੱਲੋਂ ਅੱਜ ਨਸ਼ਾ ਕਰ ਰਹੇ ਦੋ ਨੌਜਵਾਨਾਂ ਨੂੰ ਫੜਿਆ ਗਿਆ ਤੇ ਜਿਨ੍ਹਾਂ ਨੇ ਸਭ ਦੇ ਸਾਹਮਣੇ ਮੰਨਿਆ ਕਿ ਉਹਨਾਂ ਦੇ ਪਿੰਡ ਦੇ ਹੀ ਲੜਕਿਆਂ ਤੋਂ ਉਹਨਾਂ ਨੇ ਨਸ਼ਾ ਖਰੀਦਿਆ ਹੈ, ਜਿਸ ਦਾ ਨਾਮ ਉਹਨਾਂ ਨੇ ਲਿਆ। ਪਰ ਇੰਨੇ ਵਿੱਚ ਉਸ ਨਸ਼ਾ ਵੇਚਣ ਵਾਲੇ ਵਿਅਕਤੀ ਨੇ ਸਭ ਨੂੰ ਧਮਕੀਆਂ ਦਿੱਤੀਆਂ ਤੇ ਜਿਸ ਤੋਂ ਬਾਅਦ ਉਸਦਾ ਇੱਕ ਹੋਰ ਸਾਥੀ ਉੱਥੇ ਪਹੁੰਚਿਆ ਤੇ ਆਉਂਦੇ ਸਾਰ ਹੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਹਰਭਗਵਾਨ ਸਿੰਘ ਤੇ ਗੋਲੀ ਮਾਰ ਦਿੱਤੀ, ਜਿਸ ਦੇ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਉਸ ਨੂੰ ਫਰੀਦਕੋਟ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਘਟਨਾ ਸੰਬੰਧੀ ਮ੍ਰਿਤਕ ਦੇ ਦੋਸਤ ਹੈਰੀ ਅਤੇ ਪੁਲਿਸ ਅਧਿਕਾਰੀਆਂ ਨੇ ਹੋਰ ਜਾਣਕਾਰੀ ਦਿੱਤੀ ਹੈ। ਹੈਰੀ ਜੀ, ਕੀ ਗੱਲ ਹੋਈ ਜਿਹੜੀ ਆ ਡੈਥ ਹੋਈ ਹਰਭਗਵਾਨ ਸਿੰਘ ਨਾਲ? ਇਹ ਆਪਣਾ ਹੀ, ਅਸੀਂ ਨਸ਼ਾ ਛੜਾਊ ਕਮੇਟੀ ਬਣਾਈ ਹੈ ਪਿੰਡ 'ਚ। ਕਿਹੜੇ ਪਿੰਡ? ਪਿੰਡ ਢਿਲਵਾਂ ਖੁਰਦ ਜੀ। ਪੰਚਾਇਤ ਦੀ ਸਹਿਮਤੀ ਨਾਲ ਬਣਾਈ ਆ, ਸਾਰੇ ਪੰਚਾਇਤ ਦੀ ਲੈਟਰ ਪੈਡ ਤੇ ਬਣਾਈ ਆ। ਕੱਲ ਉਹਨਾਂ ਦੇ ਘਰੇ ਜਾ ਕੇ ਜਿਹੜਾ ਨਸ਼ੇ ਵੇਚਣ ਵਾਲੇ ਸੀਗੇ, ਸਾਰੇ ਹਰ ਬੰਦੇ ਦੇ ਘਰੇ ਜਾ ਕੇ ਕਹਿ ਕੇ ਆਏ ਆ। ਤਾਂ ਉਹਦੇ ਪਿੰਡ 'ਚ ਸੀਗਾ ਇੱਕ ਤਾਰਾ ਸਿੰਘ, ਉਹਨੇ ਸ਼ਰੇਆਮ ਸਾਰੇ ਪਿੰਡ ਨੂੰ ਪਹਿਲਾਂ ਤਾਂ ਧਮਕੀਆਂ ਦਿੱਤੀਆਂ ਵੀ ਮੈਂ ਨਹੀਂ ਹਟਦਾ ਗਾ ਜਾਂ ਉੱਥੇ ਪਹਿਲਾਂ ਦਾਰੂ ਬੰਦ ਕਰੋ, ਉਹਦੀ ਸਾਰੀ ਵੀਡੀਓ ਸਾਡੇ ਕੋਲ ਪਈ ਆ ਵਗੈਰਾ ਜੀ। ਠੀਕ ਆ, ਅੱਜ ਫਿਰ ਉਦੋਂ ਮੁੜ ਕੇ ਅਸੀਂ ਐਸ ਐਚ ਓ ਸਾਹਿਬ ਕੋਲ ਵੀ ਗਏ ਹਾਂ ਸਾਦਕ, ਉਹਨਾਂ ਨੇ ਵੀ ਸਾਨੂੰ ਕਿਹਾ ਵੀ ਕੋਈ ਨਹੀਂ ਅਸੀਂ ਤੁਹਾਡੇ ਨਾਲ ਆ। ਅੱਜ ਸਵੇਰੇ ਦੁਪਹਿਰ ਤੋਂ ਦੁਪਹਿਰੇ ਜੇ ਤਕਰੀਬਨ ਸਾਡਾ ਇੱਕ ਗਰੁੱਪ ਬਣਿਆ, ਉਹਦੇ 'ਚ ਸਾਨੂੰ ਮੈਸੇਜ ਆਇਆ ਕਿ ਯਾਰ ਮਤਲਬ ਉਹਦੇ ਤੋਂ ਬੰਦੇ ਲੈਣ ਆ ਗਏ ਚਿੱਟਾ, ਤਾਂ ਅਸੀਂ ਸਾਰਾ ਪਿੰਡ ਇਕੱਠਾ ਹੋਇਆ। ਸਾਰਾ ਪਿੰਡ ਜਦੋਂ ਜਾ ਕੇ ਅਸੀਂ ਉਹਨਾਂ ਨੂੰ ਬਲਿਆ, ਉਹ ਸੀਗੇ ਸਾਦਕ ਦੇ ਮਹੰਤ, ਦੋ ਤਿੰਨ ਜਣੇ ਸੀਗੇ, ਸਾਰਿਆਂ ਨੇ ਫੜ ਕੇ ਜਦੋਂ ਉਹਨਾਂ ਨੂੰ ਫੜ ਕੇ ਸੱਥ 'ਚ ਲਿਆਂਦਾ, ਸੱਥ ਕੇ ਲਿਆ ਕੇ ਮਨਾਏ ਆ, ਉਹ ਮੰਨ ਗਏ ਬਈ ਹਾਂ ਅਸੀਂ ਵੀ ਮਤਲਬ ਉਹਦੇ ਘਰੋਂ ਜਾ ਕੇ ਬਹਿ ਕੇ ਪੀ ਕੇ ਆਏ ਹਾਂ। ਤਾਰੇ ਦਾ ਫੋਨ ਆਇਆ ਵੀ ਹਾਂ ਵੀ ਕੌਣ ਫੜ ਲਿਆ ਜਾਂ ਕੀ ਕਰ ਲਿਆ, ਸਾਨੂੰ ਪਤਾ ਲੱਗ ਗਿਆ, ਅਸੀਂ ਉਹਨੂੰ ਦੱਸਿਆ ਅਸੀਂ ਐਂ ਕਰਕੇ ਬੰਦੇ ਫੜ ਲਿਆ ਤੁਹਾਡੇ, ਬੰਦੇ ਮੰਨ ਗਏ ਵੀ ਹਾਂ ਅਸੀਂ, ਕਹਿੰਦਾ ਫਿਰ ਕੀ ਕਰ ਲਉਂਗੇ ਜੇ ਫੜ ਲਿਆ ਤਾਂ? ਮੈਂ ਆਉਣਾ ਇੱਥੇ, ਉਲਟਾ ਸਾਰੇ ਪਿੰਡ ਨੂੰ ਉਹਨੇ ਕਿਹਾ ਵੀ ਮੈਂ ਆਉਣਾ ਇੱਥੇ, ਉੱਥੇ ਆ ਗਿਆ, ਆ ਕੇ ਉਲਟਾ ਸਾਰੇ ਪਿੰਡ ਨੂੰ ਧਮਕੀਆਂ ਦਿੰਦਾ ਸਾਰਿਆਂ ਨਾਲ, ਇੱਕ ਦੂਜੇ ਮੁੰਡਿਆਂ ਨੂੰ ਧੱਕੇ ਮਾਰੇ, ਨਾਲ ਬੁੜੀਆਂ ਸੀ ਉਹਨਾਂ ਦੀਆਂ, ਧੱਕੇ ਮਾਰੇ ਆ, ਧੱਕੇ ਮਾਰ ਕੇ ਅਸੀਂ ਇਹਨਾਂ ਨੂੰ ਸਮਾਂ ਦੀ ਕਿਹਾ ਵੀ ਯਾਰ ਬੁੜੀਆਂ ਦੇ ਤੁਸੀਂ ਨੇ ਆਪਾਂ ਮੂੰਹ ਨਹੀਂ ਲੱਗਣਾ, ਤੁਸੀਂ ਬੁੜੀਆਂ ਨੂੰ ਹੱਥ ਹੁੱਥ ਨਾਲ ਲਾਇਓ, ਐਵੇਂ ਕੱਲ੍ਹ ਨੂੰ ਕੋਈ ਹੋਰ ਗੱਲ ਬਣ ਜੂ, ਚਲੋ ਇਹ ਮੁੰਡੇ ਪਾਸੇ ਹੋ ਗਿਆ। ਉਦੋਂ ਮੁੜ ਕੇ ਦੂਜਾ ਮੁੰਡਾ ਜਿਹੜਾ ਕੋਪਾ ਆਇਆ, ਉਹਨੇ ਸਿੱਧਾ ਇਹ ਮੁੰਡੇ ਦੇ ਸਾਡੇ ਬੰਦੇ ਦੇ ਹੈਕ 'ਚ ਗੋਲੀ ਮਾਰੀ, ਬਸ ਇੰਨੀ ਗੱਲ ਹੋਈ ਆ। ਉਦੋਂ ਹੀ ਚੱਕ ਲਿਆ ਮੌਕੇ 'ਤੇ, ਜਿਹੜਾ ਕੋਪਾ ਤੁਸੀਂ ਦੱਸ ਰਹੇ ਹੋ ਉਹ ਤਾਰੇ ਦੇ ਸਮਰਥਨ 'ਚ ਆਇਆ ਸੀ? ਬਸ ਸਮਰਥਨ 'ਚ ਆ ਜੀ, ਉਹ ਉਹਨਾਂ ਦਾ ਗਵਾਂਢੀ ਆ, ਉਹਨਾਂ ਦੀਆਂ ਬੁੜੀਆਂ ਵੀ ਨਾਲ, ਮਤਲਬ ਅਸੀਂ ਕਹਿ ਦਈਏ ਉਹ ਪੂਰੀ ਸਪੋਰਟ ਕਰਦੇ। ਪਤਾ ਲੱਗਿਆ ਜੀ ਜਿਹਨੇ ਗੋਲੀ ਚਲਾਈ ਸੀਗੀ ਉਹ ਪਹਿਲਾਂ ਵੀ ਜੇਲ੍ਹ 'ਚ ਸੀ? ਪਹਿਲਾਂ ਵੀ ਜੇਲ੍ਹ ਆ ਜੀ, ਉਹ 'ਤੇ ਨਜਾਇਜ਼ ਅਸਲੇ ਦਾ ਪਹਿਲਾਂ ਵੀ ਪਰਚਾ, ਉਹ ਜਮਾਨਤ 'ਤੇ ਬਾਹਰ ਆਇਆ। ਹਾਂ ਇਹ ਸਾਡੇ ਨਾਲ ਹੀ ਆ ਜੀ, ਕਮੇਟੀ ਦਾ ਮੈਂਬਰ ਆ, ਮਤਲਬ ਹੁਣ ਕਮੇਟੀ ਦੇ ਮੈਂਬਰ ਤਾਂ ਅਸੀਂ 20-25 ਹਾਂ, ਪਰ ਪੰਚਾਇਤ ਨੇ ਕਿਹਾ ਸੀਗਾ ਵੀ ਜੇ ਸਾਰਾ ਪਿੰਡ ਸਾਥ ਦੇਊਗਾ ਫਿਰ ਹੀ ਇਹ ਪੋਸੀਬਲ ਆ, ਤਾਂ ਕਰਕੇ ਸਾਰੇ ਪਿੰਡ ਦੇ ਮੁੰਡੇ ਜਿਹੜੇ ਨਾਲ ਸੀ। ਪਿੰਡ ਜਾ ਕੇ ਵੀ ਇਹ ਗੁੰਡਾਗਰਦੀ ਕਰਦੇ ਆ, ਪਿੰਡ ਜਾ ਕੇ ਫਾਇਰ ਕਰਦੇ ਸਾਰੇ ਪਿੰਡ, ਤੁਸੀਂ ਪਿੰਡ ਜਾ ਕੇ ਕੱਲੇ ਕੱਲੇ ਬੰਦੇ ਦਾ ਬਿਆਨ ਲਓ, ਤੁਹਾਨੂੰ ਦੱਸੂਗਾ ਕਿਹੜਾ ਬੰਦਾ ਵੇਚਦਾ ਕਿਹੜਾ ਕੀ ਕਰਦਾ। ਬਈ ਮਰਨ ਵਾਲੇ ਦਾ ਨਾਮ ਕੀ ਹੈ? ਹਰਭਗਵਾਨ ਸਿੰਘ ਆ ਜੀ, ਤਕਰੀਬਨ 35-40 ਛੋਟੇ ਛੋਟੇ ਬੱਚੇ ਆ, ਬਿਜਲੀ ਦਾ ਕੰਮ ਕਰਦਾ ਸੀ, ਗਰੀਬ ਬੰਦਾ, ਜਮਾਂ ਹੀ ਪੱਲੇ ਬਚਾਓ ਨਹੀਂ ਕਰਦਾ ਸੀ ਜੀ, ਪਿੰਡ ਦੇ ਸਮਰਥਨ ਸੀਗਾ, ਜੇ ਸਾਰਾ ਪਿੰਡ ਇਕੱਠਾ ਸੀਗਾ ਇਹ ਵਿਚਾਰਾ, ਚਲੋ ਕਹਿੰਦਾ ਵੀ ਬੱਚੇ ਨਾਲ ਲੱਗ ਜਾਣ, ਛੋਟੇ ਛੋਟੇ ਬੱਚੇ ਸੀ, ਵੱਡੇ ਹੁੰਦੇ ਹੀ ਸਾਥ ਦਿੰਦਾ ਸੀਗਾ, ਪਰ ਉਹਨੂੰ ਕੀ ਪਤਾ ਸੀਗਾ ਮੇਰੇ। ਇਹ ਵੀ ਨਸ਼ਾ ਛੁਡਾਊ ਕਮੇਟੀ ਦਾ ਮੈਂਬਰ? ਹਾਂਜੀ ਹਾਂਜੀ ਹਾਂਜੀ, ਕਮੇਟੀ ਦਾ ਮੈਂਬਰ। ਠੀਕ ਠੀਕ ਠੀਕ। ਗੋਲੀ ਜੱਲੀ ਹੈ ਸਰ, ਕੀ ਮਾਮਲਾ ਇਹ? ਜੀ, ਹਰਭਗਵਾਨ ਨਾਮ ਦਾ ਲੜਕਾ ਢਿਲਵਾਂ ਖੁਰਦ ਥਾਣਾ ਸਾਦਕ ਹੈ, ਉਹਦੇ ਫਾਇਰ ਆਰਮ ਇੰਜਰੀ ਲੱਗੀ ਹੈ, ਉਹਦੀ ਡੈਥ ਹੋ ਗਈ ਹੈ ਅਤੇ ਇੱਥੇ ਮੈਡੀਕਲ ਦੇ ਵਿੱਚ ਡੈਡ ਬੋਡੀ ਹੁੰਦੀ ਪਈ ਹੈ ਜੀ। ਕੁਛ ਕਾਰਨਾਂ ਦਾ ਪਤਾ ਚੱਲ ਸਕਦਾ? ਕਾਰਨ ਦਾ ਜੀ ਉੱਥੇ ਪਤਾ ਲੱਗਿਆ ਹੈਗਾ ਕਿ ਇਹਨਾਂ ਦੀ ਆਪਸੀ ਕਾਇਆ ਸੁਣੀ ਹੋਈ ਹੈਗੀ ਹੈ, ਪਰ ਕੋਈ ਗੱਲ ਜਿਹੜੀ ਪਿੰਡ ਦੇ ਵਿਅਕਤੀ ਹੋਰ ਵੀ ਕਹਿ ਰਹੇ ਹੈਗੇ, ਕੋਈ ਕਿਸੇ ਨੂੰ ਨਸ਼ਾ ਛੁਡਾਉਣ ਦੇ ਚੱਕਰ ਦੇ ਵਿੱਚ ਕੋਈ ਇਹਨਾਂ ਦੀ ਨੋਕ ਝੋਕ ਹੋਈ ਸੀਗੀ, ਉਹ ਅਸੀਂ ਸਾਰੀ ਗੱਲ ਪਤਾ ਕਰ ਰਹੇ ਹਾਂ, ਹੁਣੇ ਹੀ ਆਏ ਹਾਂ ਪਤਾ ਕਰਕੇ, ਫਿਰ ਸਾਰੀ ਗੱਲ ਦੱਸ ਦਿੰਦੇ। ਨਹੀਂ ਅਜੇ ਭੱਜ ਗਏ ਆ ਜੀ ਦੋਸ਼ੀ, ਟੀਮਾਂ ਬਣਾ ਦਿੱਤੀਆਂ ਹੈਗੀਆਂ, ਗ੍ਰਿਫਤਾਰ ਕਰ ਲਵਾਂਗੇ ਜਲਦੀ। ਇੱਕ ਬੰਦੇ ਨੇ ਫਾਇਰ ਕੀਤਾ ਜੀ, ਜਿਹੜੇ ਵੀ ਕੋਈ ਨਾਲ ਦੇ ਸਾਥੀ ਹੋਣਗੇ ਸਾਰੇ ਗ੍ਰਿਫਤਾਰ ਕਰ ਲਵਾਂਗੇ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।